ਮੈਂ ਬਹੁਤ ਬਹੁਤ ਜਿਨ੍ਹਾਂ ਇਹ 100 ਸਾਲਾਂ ਮਨਾਉਣ ਦਾ ਪ੍ਰੋਗਰਾਮ ਲਈ ਕਿਹਾ ਕਵੀ ਦਰਬਾਰ ਔਰ ਉਹਨਾਂ ਸੱਜਣਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਸੀ ਧੰਨਵਾਦ ਕਰਦਾ। ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਇਹੋ ਜਿਹੇ ਪ੍ਰੋਗਰਾਮ ਇਸ ਤਰ੍ਹਾਂ ਹੁੰਦੇ ਰਹਿਣ ਅਤੇ ਇਹਨਾਂ ਨੂੰ ਬਹੁਤ ਤਰੱਕੀਆਂ ਬਖਸ਼ੇ ਪਰਮਾਤਮਾ। ਸੋ ਗੱਲ ਕਰਨ ਲੱਗੇ ਹਾਂ ਸ਼ਹੀਦ ਭਾਈ ਮਨੇਵਾ ਸਿੰਘ ਦੀ, ਜਿਹੜੇ ਇੰਡੀਆ ਤੋਂ ਆਏ ਇੱਥੇ ਆਣ ਕੇ ਯੂਨੀਵਰਸਿਟੀ ਵਿੱਚ ਵਸੇ ਔਰ ਆਪਣੇ ਇੱਥੇ ਲਾਗੇ ਹੀ ਆ ਮਿਲ ਜਿੱਥੇ ਉਹਨੇ ਕੰਮ ਕੀਤਾ। ਸੋ ਕੰਮ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਾ ਯੋਗਦਾਨ ਪਾਇਆ ਉਹਨੇ ਆਪਣੀ ਜ਼ਿੰਦਗੀ ਦਾ। ਫਿਰ ਕਾਮਾ ਗਾਟਾ ਮਾਰੂ ਆਇਆ, ਫਿਰ ਉਸ ਦੇ ਵਿੱਚ ਪੂਰੀ ਭੂਮਿਕਾ ਨਿਭਾਈ। ਫਿਰ ਜਦੋਂ ਫਾਂਸੀ, ਜਦੋਂ ਗਦਰ ਦੀ ਲਹਿਰ ਚੱਲੀ ਔਰ ਗਦਰ ਦੀ ਲਹਿਰ ਦੇ ਵਿੱਚ ਸਭ ਤੋਂ ਮੋਢੀ ਉਸ ਵੇਲੇ ਵੀ ਆਪਣੀ ਜਾਨ ਕੁਰਬਾਨ ਕਰਨ ਤੋਂ ਝਿਜਕੇ ਨਹੀਂ। ਸੋ ਉਸ ਵੇਲੇ ਦਾ ਸੀਨ, ਜਿਸ ਵੇਲੇ ਹਰਭਜਨ ਸਿੰਘ ਨੂੰ ਮਾਰ ਕੇ ਫਾਂਸੀ ਦਾ ਰੱਸਾ ਹੱਸ ਕੇ ਚੁੰਮ ਲੈਂਦੇ ਨੇ, ਉਸ ਵੇਲੇ ਦਾ ਸੀਨ ਮੇਰੇ ਸਾਥੀ ਗੁਰਨਾਮ ਸਿੰਘ ਕਵੀ ਨੇ ਕੁਝ ਲਾਈਨਾਂ ਲਿਖੀਆਂ, ਉਹ ਅਸੀਂ ਤੁਹਾਡੇ ਨਾਲ ਬਿਆਨ ਕਰਦੇ ਹਾਂ।
ਲਿਖਦਾ ਪਾਲਾ ਦਾ ਕਰਨਾਮ ਗੱਲਾਂ ਵਿੱਚ ਕਨੇਡਾ ਹੁੰਦੀਆਂ ਗੱਲਾਂ ਵਿੱਚ ਕਨੇਡਾ ਹੁੰਦੀਆਂ ਮਿਲਿਆ ਜੋਦਾ ਸੀ ਬਲਵਾਨ।